you. This is my story. A story of my home, a story of my mom, my dad, and the story of my dreams. ਕੈਨੇਡਾ ਵਿੱਚ ਪੰਜਾਬੀ ਬਿਹਤਰ ਜ਼ਿੰਦਗੀ ਦਾ ਸੁਪਨਾ ਲੈ ਕੇ ਆਏ ਸਨ, ਪਰ ਉਹਨਾਂ ਨੂੰ ਦੁੱਖ ਹੈ ਕਿ ਉਹਨਾਂ ਦੀ ਪਛਾਣ ਖੁਰਦੀ ਜਾ ਰਹੀ ਹੈ, ਕਿਉਂਕਿ ਪਛਾਣ ਦੇ ਬਦਲਣ ਅਤੇ ਗੁਆਚਣ ਵਿੱਚ ਬਹੁਤ ਫਰਕ ਹੈ। ਐਸੀ ਫਿਕਰਮੰਦੀ ਅਤੇ ਨੌਜਵਾਨਾਂ ਦੀ ਸਮੱਸਿਆਵਾਂ ਤੇ ਚਾਤ ਪਾਉਂਦਾ ਤੇ ਇਹਨਾਂ ਦੇ ਹੱਲ ਸੁਲਝਾਉਂਦਾ ਨਾਟਕ ਹੈ ਮੀ ਐਂਡ ਮਾਈ ਸਟੋਰੀ, ਜਿਸ ਦਾ ਬੀਤੇ ਦਿਨੀ ਬ੍ਰੈਂਪਟਨ ਦੇ ਵਿੱਚ ਸਫਲ ਮੰਚਨ ਹੋਇਆ। ਮੀ ਐਂਡ ਮਾਈ ਸਟੋਰੀ ਇੱਕ ਪਰਿਵਾਰ ਦੀ ਕਹਾਣੀ ਹੈ ਜੋ ਕਿਤੇ ਨਾ ਕਿਤੇ ਸਾਡੇ ਸਭਨਾਂ ਦੀ ਹੈ। ਪਹਿਲੀ ਪੀੜ੍ਹੀ ਦਾ ਦਿਨ ਰਾਤ ਸ਼ਿਫਟਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲਣਾ, ਆਪਣੇ ਬੱਚਿਆਂ ਵਿੱਚੋਂ ਆਪਣੇ ਸੁਪਨਿਆਂ ਦੀ ਪੂਰਤੀ ਲੋਚਣਾ ਤੇ ਫਿਰ ਸੁਪਨੇ ਟੁੱਟਣਾ ਤੇ ਤੜਪੜਾਉਣਾ, ਇਹ ਸਭ ਦਰਸਾਉਂਦਾ ਹੈ ਮੀ ਐਂਡ ਮਾਈ ਸਟੋਰੀ। ਇਸ ਨਾਟਕ ਵਿੱਚ ਨੌਜਵਾਨ ਪਾਤਰਾਂ ਦੀ ਬਾ ਕਮਾਲ ਅਦਾਇਗੀ ਉਹਨਾਂ ਦਾ ਟੈਲੈਂਟ ਸਾਫ ਦਰਸਾਉਂਦੀ ਹੈ। My experience was very good. It was my first time doing any theatrical performance. It was difficult getting the practices and everything, but it's rewarding in the end. ਇਹ ਸ਼ੋਅ ਦੀ ਖਾਸੀਅਤ ਇਹ ਰਹੀ ਕਿ ਇਸ ਵਿੱਚ ਜਿੱਥੇ ਬੱਚੇ ਪਾਰਟਿਸਿਪੇਟ ਕਰ ਰਹੇ, ਯੰਗ ਬੱਚੇ ਕੈਨੇਡੀਅਨ ਬੋਰਨ, ਤੇ ਉੱਥੇ ਬਹੁਤ ਸਾਰੇ ਕੈਨੇਡੀਅਨ ਬੋਰਨ ਬੱਚੇ ਦੇਖਣ ਆਏ ਤੇ ਉਹਨਾਂ ਨੇ ਬਹੁਤ ਪਸੰਦ ਕੀਤਾ। ਮੈਨੂੰ ਕੋਈ ਇਤਰਾਜ਼ ਨਹੀਂ ਅਗਰ ਤੁਸੀਂ ਇਸ ਲਾਈਨ ਵਿੱਚ ਵੀ ਜਾਣਾ ਚਾਹੇ। ਮੀ ਐਂਡ ਮਾਈ ਸਟੋਰੀ ਦਾ ਨਿਰਦੇਸ਼ਨ ਕੀਤਾ ਹੈ ਪਾਲੀ ਰੁਪਿੰਦਰ ਨੇ, ਜਿਨ੍ਹਾਂ ਮੁਤਾਬਕ ਇਹ ਕਹਾਣੀ ਕੈਨੇਡਾ ਵਿੱਚ ਵਸਦੇ ਹਰ ਪੰਜਾਬੀ ਪਰਿਵਾਰ ਦੀ ਕਹਾਣੀ ਹੈ। ਸਾਡੀ ਇੱਛਾ ਸੀ ਕਿ ਅਸੀਂ ਇੱਥੋਂ ਦੇ ਜੋ ਫੈਮਿਲੀਜ਼ ਨੇ ਉਹਨਾਂ ਦੇ ਨਾਲ ਇੱਕ ਅੱਛੀ ਪ੍ਰੋਡਕਸ਼ਨ ਤਿਆਰ ਕਰੀਏ ਜਿਸ ਦੇ ਵਿੱਚ ਮੈਸੇਜ ਵੀ ਹੋਵੇ, ਇੰਟਰਟੇਨਿੰਗ ਵੀ ਹੋਵੇ। ਔਰ ਪੰਜਾਬੀ ਆਰਟਸ ਐਸੋਸੀਏਸ਼ਨ ਨੇ ਮੈਨੂੰ ਮੌਕਾ ਦਿੱਤਾ, ਬਲਜਿੰਦਰ ਲੇਲਾ ਹੋਰਾਂ ਨੇ, ਕੁਲਦੀਪ ਰੰਧਾਵਾ ਹੋਰਾਂ ਨੇ ਮੈਨੂੰ ਸੱਦ ਕੇ ਇੱਥੇ ਕਿ ਮੈਂ ਇੱਕ ਬੱਚਿਆਂ ਦੇ ਨਾਲ ਕੰਮ ਕਰਾਂ, ਕਿਉਂਕਿ ਸਾਨੂੰ ਇਹ ਮਹਿਸੂਸ ਹੁੰਦਾ ਸੀ ਕਿ ਜਦੋਂ ਤੱਕ ਇੱਥੋਂ ਦੀ ਨੈਕਸਟ ਜਨਰੇਸ਼ਨ ਉਹ ਆ ਕੇ ਇਸ ਵਿੱਚ ਇਨਵੋਲਵ ਨਹੀਂ ਹੁੰਦੀ ਤਾਂ ਸਾਡੇ ਲਈ ਇਹ ਪੋਸੀਬਲ ਨਹੀਂ ਹੈ ਕਿ ਅਸੀਂ ਟੋਰਾਂਟੋ ਵਰਗੇ ਸ਼ਹਿਰਾਂ ਦੇ ਵਿੱਚ ਜਾਂ ਕੈਨੇਡਾ ਵਿੱਚ ਪੰਜਾਬੀ ਥੀਏਟਰ ਨੂੰ ਅਗਾਂਹ ਲਿਜਾ ਸਕਦੇ ਹਾਂ। ਟੋਰਾਂਟੋ ਪੰਜਾਬੀ ਆਰਟਸ ਐਸੋਸੀਏਟ ਦਾ ਇਹ ਉਪਰਾਲਾ ਸਮੁੱਚੇ ਪੰਜਾਬੀਆਂ ਦੀ ਜ਼ਿੰਦਗੀ ਤੇ ਚਾਤ ਪਵਾਉਣ ਦੇ ਨਾਲ ਨਾਲ ਇੱਕ ਸਮਾਜਿਕ ਸਰੋਕਾਰ ਦੀ ਪੂਰਤੀ ਵੀ ਹੈ। ਕੈਮਰਾਮੈਨ ਸਰਵਨ ਸਿੰਘ ਦੇ ਨਾਲ ਰੁਪਿੰਦਰ ਕੌਰ, PTC ਨਿਊਜ਼, ਟੋਰਾਂਟੋ, ਕੈਨੇਡਾ।